ਜ਼ਰਾ ਗੌਰ ਦੇ ਨਾਲ ਦੇਖੋ ਇਹ ਸੀਸੀਟੀਵੀ ਤਸਵੀਰਾਂ। ਇੱਥੇ ਇੱਕ ਭਿਆਨਕ ਸੜਕੀ ਹਾਦਸਾ ਹੋਵੇਗਾ। ਜੀ ਹਾਂ, ਤੇਜ਼ ਰਫ਼ਤਾਰ ਕਾਰ ਦੇ ਵੱਲੋਂ ਇੱਕ ਔਰਤ ਨੂੰ ਫੇਟ ਮਾਰੀ ਗਈ। ਔਰਤ ਹਵਾ ਦੇ ਵਿੱਚ ਉੱਡਦੀ ਹੋਈ ਦੂਰ ਜਾ ਕੇ ਡਿੱਗੀ। ਸੜਕ ਪਾਰ ਕਰਦੀ ਸਮੇਂ ਇਹ ਭਿਆਨਕ ਸੜਕੀ ਹਾਦਸਾ ਹੋਇਆ। ਓਵਰ ਸਪੀਡ ਕਾਰ ਦੇ ਵੱਲੋਂ ਇਹ ਕਹਿਰ ਭਰਪਾਇਆ ਗਿਆ। ਔਰਤ ਸੜਕ ਪਾਰ ਕਰ ਰਹੀ ਸੀ, ਉਸਦੇ ਅੱਗੇ ਦੋ ਲੜਕੀਆਂ ਹੋਰ ਸੀ, ਉਹ ਤਾਂ ਲੰਘ ਗਈਆਂ, ਪਰ ਜਦੋਂ ਇਹ ਔਰਤ ਲੰਘਣ ਲੱਗੀ ਤਾਂ ਤੇਜ਼ ਰਫ਼ਤਾਰ ਕਾਰ ਦੇ ਵੱਲੋਂ ਇਸ ਨੂੰ ਫੇਟ ਮਾਰੀ ਗਈ। ਇਹ ਔਰਤ ਹਵਾ ਦੇ ਵਿੱਚ ਉੱਡਦੀ ਹੋਈ ਦੂਰ ਜਾ ਕੇ ਮੂਧੇ ਮੂੰਹ ਡਿੱਗ ਗਈ। ਪੂਰੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਇਸ ਤਰੀਕੇ ਦੇ ਨਾਲ ਕਾਰ ਦੀ ਸਪੀਡ ਜ਼ਿਆਦਾ ਹੋਣ ਕਰਕੇ ਇਹ ਭਿਆਨਕ ਹਾਦਸਾ ਹੋਇਆ। ਤਸਵੀਰਾਂ ਦੇ ਵਿੱਚ ਸਪੀਡ ਬ੍ਰੇਕਰ ਵੀ ਤੁਹਾਨੂੰ ਨਜ਼ਰ ਆਉਂਦੇ ਹੋਣਗੇ, ਪਰ ਇੱਥੇ ਵੀ ਕਾਰ ਹੌਲੀ ਨਹੀਂ ਕੀਤੀ, ਸਗੋਂ ਇਸ ਮਹਿਲਾ ਨੂੰ ਉਡਾਉਂਦੇ ਹੋਏ ਅੱਗੇ ਚਲੀ ਗਈ। ਸੀਸੀਟੀਵੀ ਦੇ ਵਿੱਚ ਪੂਰਾ ਹਾਦਸਾ ਕੈਦ ਹੋਇਆ। ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਪਿਪਰੀ ਚੰਚਵਾੜ ਦੀਆਂ ਇਹ ਤਸਵੀਰਾਂ ਨੇ। ਮਹਿਲਾ ਦੇ ਅੱਗੇ ਦੋ ਕੁੜੀਆਂ ਹੋਰ ਲੰਘੀਆਂ ਜਾ ਰਹੀਆਂ ਨੇ। ਜਦੋਂ ਇਹ ਮਹਿਲਾ ਦੀ ਵਾਰੀ ਆਈ ਤਾਂ ਇਸ ਨੂੰ ਤੇਜ਼ ਰਫ਼ਤਾਰ ਕਾਰ ਨੇ ਉਡਾ ਦਿੱਤਾ। ਦੂਰ ਜਾ ਕੇ ਮੁੱਦੇ ਮੂੰਹ ਡਿੱਗੀ, ਇਕੱਠ ਹੋ ਗਿਆ, ਲੋਕਾਂ ਨੇ ਮੁੱਢਲੀ ਸਹਾਇਤਾ ਕੀਤੀ ਔਰ ਕਾਰ ਸਵਾਰ ਦੇ ਵੱਲੋਂ ਹੀ ਇਸ ਮਹਿਲਾ ਨੂੰ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਇਹ ਭਿਆਨਕ ਸੜਕੀ ਹਾਦਸੇ ਦੀਆਂ ਤਸਵੀਰਾਂ ਨੇ। ਸੜਕ ਪਾਰ ਕਰਦੀ ਔਰਤ ਨੂੰ ਕਾਰ ਦੇ ਵੱਲੋਂ ਫੇਟ ਮਾਰੀ ਗਈ। ਦੇਖੋ ਕਿਵੇਂ ਹਵਾ ਦੇ ਵਿੱਚ ਉੱਡ ਕੇ ਮੁੱਦੇ ਮੂੰਹ ਡਿੱਗੀ ਹੈ। ਕਾਰ ਦੀ ਸਪੀਡ ਜ਼ਿਆਦਾ ਹੋਣ ਕਰਕੇ ਇਹ ਭਿਆਨਕ ਹਾਦਸਾ ਹੋਇਆ। ਸਪੀਡ ਬ੍ਰੇਕਰਾਂ 'ਤੇ ਵੀ ਕਾਰ ਹੌਲੀ ਨਹੀਂ ਕੀਤੀ, ਮਹਿਲਾ ਨੂੰ ਉਡਾ ਕੇ ਅੱਗੇ ਲੰਘ ਗਈ ਔਰ ਫਿਰ ਕਾਰ ਸਵਾਰ ਦੇ ਵੱਲੋਂ ਹੀ ਇਸ ਮਹਿਲਾ ਨੂੰ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਸਿਰ ਜ਼ਮੀਨ 'ਤੇ ਜ਼ੋਰ ਦੇ ਨਾਲ ਵੱਜਾ, ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਫਿਲਹਾਲ ਇਸਦਾ ਇਲਾਜ ਕੀਤਾ ਜਾ ਰਿਹਾ। ਸੋ ਇਹ ਭਿਆਨਕ ਸੜਕੀ ਹਾਦਸੇ ਦੀਆਂ ਤਸਵੀਰਾਂ ਨੇ। ਹੁਣ ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਦੱਸੋ ਕਿ ਆਖਿਰਕਾਰ ਗਲਤੀ ਕਿਸ ਦੀ ਸੀ, ਕਿ ਇਸ ਔਰਤ ਨੂੰ ਆਲਾ ਦੁਆਲਾ ਦੇਖਣ ਤੋਂ ਬਾਅਦ ਹੀ ਸੜਕ ਪਾਰ ਕਰਨੀ ਚਾਹੀਦੀ ਸੀ, ਜਾਂ ਦੂਜੇ ਪਾਸੇ ਉਹ ਕਾਰ ਸਵਾਰ ਜਿਸ ਨੇ ਆਪਣੀ ਕਾਰ ਹੌਲੀ ਨਹੀਂ ਕੀਤੀ, ਸਪੀਡ ਬ੍ਰੇਕਰਾਂ 'ਤੇ ਵੀ ਬੇਕਾਬੂ ਕਾਰ ਇਸ ਮਹਿਲਾ ਦੇ ਵਿੱਚ ਲਿਆ ਕੇ ਮਾਰੀ ਅਤੇ ਭਿਆਨਕ ਸੜਕੀ ਹਾਦਸਾ ਹੋਇਆ। ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ। ਜ਼ਰਾ ਗੌਰ ਦੇ ਨਾਲ ਦੇਖੋ ਇਹ ਸੀਸੀਟੀਵੀ ਤਸਵੀਰਾਂ। ਇੱਥੇ ਇੱਕ ਭਿਆਨਕ ਸੜਕੀ ਹਾਦਸਾ ਹੋਵੇਗਾ। ਜੀ ਹਾਂ, ਤੇਜ਼ ਰਫ਼ਤਾਰ ਕਾਰ ਦੇ ਵੱਲੋਂ ਇੱਕ ਔਰਤ ਨੂੰ ਫੇਟ ਮਾਰੀ ਗਈ। ਔਰਤ ਹਵਾ ਦੇ ਵਿੱਚ ਉੱਡਦੀ ਹੋਈ ਦੂਰ ਜਾ ਕੇ ਡਿੱਗੀ। ਸੜਕ ਪਾਰ ਕਰਦੀ ਸਮੇਂ ਇਹ ਭਿਆਨਕ ਸੜਕੀ ਹਾਦਸਾ ਹੋਇਆ। ਓਵਰ ਸਪੀਡ ਕਾਰ ਦੇ ਵੱਲੋਂ ਇਹ ਕਹਿਰ ਭਰਪਾਇਆ ਗਿਆ। ਔਰਤ ਸੜਕ ਪਾਰ ਕਰ ਰਹੀ ਸੀ, ਉਸਦੇ ਅੱਗੇ ਦੋ ਲੜਕੀਆਂ ਹੋਰ ਸੀ, ਉਹ ਤਾਂ ਲੰਘ ਗਈਆਂ, ਪਰ ਜਦੋਂ ਇਹ ਔਰਤ ਲੰਘਣ ਲੱਗੀ ਤਾਂ ਤੇਜ਼ ਰਫ਼ਤਾਰ ਕਾਰ ਦੇ ਵੱਲੋਂ ਇਸ ਨੂੰ ਫੇਟ ਮਾਰੀ ਗਈ। ਇਹ ਔਰਤ ਹਵਾ ਦੇ ਵਿੱਚ ਉੱਡਦੀ ਹੋਈ ਦੂਰ ਜਾ ਕੇ ਮੂਧੇ ਮੂੰਹ ਡਿੱਗ ਗਈ। ਪੂਰੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਇਸ ਤਰੀਕੇ ਦੇ ਨਾਲ ਕਾਰ ਦੀ ਸਪੀਡ ਜ਼ਿਆਦਾ ਹੋਣ ਕਰਕੇ ਇਹ ਭਿਆਨਕ ਹਾਦਸਾ ਹੋਇਆ। ਤਸਵੀਰਾਂ ਦੇ ਵਿੱਚ ਸਪੀਡ ਬ੍ਰੇਕਰ ਵੀ ਤੁਹਾਨੂੰ ਨਜ਼ਰ ਆਉਂਦੇ ਹੋਣਗੇ, ਪਰ ਇੱਥੇ ਵੀ ਕਾਰ ਹੌਲੀ ਨਹੀਂ ਕੀਤੀ, ਸਗੋਂ ਇਸ ਮਹਿਲਾ ਨੂੰ ਉਡਾਉਂਦੇ ਹੋਏ ਅੱਗੇ ਚਲੀ ਗਈ। ਸੀਸੀਟੀਵੀ ਦੇ ਵਿੱਚ ਪੂਰਾ ਹਾਦਸਾ ਕੈਦ ਹੋਇਆ। ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਪਿਪਰੀ ਚੰਚਵਾੜ ਦੀਆਂ ਇਹ ਤਸਵੀਰਾਂ ਨੇ। ਮਹਿਲਾ ਦੇ ਅੱਗੇ ਦੋ ਕੁੜੀਆਂ ਹੋਰ ਲੰਘੀਆਂ ਜਾ ਰਹੀਆਂ ਨੇ। ਜਦੋਂ ਇਹ ਮਹਿਲਾ ਦੀ ਵਾਰੀ ਆਈ ਤਾਂ ਇਸ ਨੂੰ ਤੇਜ਼ ਰਫ਼ਤਾਰ ਕਾਰ ਨੇ ਉਡਾ ਦਿੱਤਾ। ਦੂਰ ਜਾ ਕੇ ਮੁੱਦੇ ਮੂੰਹ ਡਿੱਗੀ, ਇਕੱਠ ਹੋ ਗਿਆ, ਲੋਕਾਂ ਨੇ ਮੁੱਢਲੀ ਸਹਾਇਤਾ ਕੀਤੀ ਔਰ ਕਾਰ ਸਵਾਰ ਦੇ ਵੱਲੋਂ ਹੀ ਇਸ ਮਹਿਲਾ ਨੂੰ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ।
ਤਾਂ ਇਹ ਭਿਆਨਕ ਸੜਕੀ ਹਾਦਸੇ ਦੀਆਂ ਤਸਵੀਰਾਂ ਨੇ। ਸੜਕ ਪਾਰ ਕਰਦੀ ਔਰਤ ਨੂੰ ਕਾਰ ਦੇ ਵੱਲੋਂ ਫੇਟ ਮਾਰੀ ਗਈ। ਦੇਖੋ ਕਿਵੇਂ ਹਵਾ ਦੇ ਵਿੱਚ ਉੱਡ ਕੇ ਮੁੱਦੇ ਮੂੰਹ ਡਿੱਗੀ ਹੈ। ਕਾਰ ਦੀ ਸਪੀਡ ਜ਼ਿਆਦਾ ਹੋਣ ਕਰਕੇ ਇਹ ਭਿਆਨਕ ਹਾਦਸਾ ਹੋਇਆ। ਸਪੀਡ ਬ੍ਰੇਕਰਾਂ 'ਤੇ ਵੀ ਕਾਰ ਹੌਲੀ ਨਹੀਂ ਕੀਤੀ, ਮਹਿਲਾ ਨੂੰ ਉਡਾ ਕੇ ਅੱਗੇ ਲੰਘ ਗਈ ਔਰ ਫਿਰ ਕਾਰ ਸਵਾਰ ਦੇ ਵੱਲੋਂ ਹੀ ਇਸ ਮਹਿਲਾ ਨੂੰ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਸਿਰ ਜ਼ਮੀਨ 'ਤੇ ਜ਼ੋਰ ਦੇ ਨਾਲ ਵੱਜਾ, ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਫਿਲਹਾਲ ਇਸਦਾ ਇਲਾਜ ਕੀਤਾ ਜਾ ਰਿਹਾ। ਸੋ ਇਹ ਭਿਆਨਕ ਸੜਕੀ ਹਾਦਸੇ ਦੀਆਂ ਤਸਵੀਰਾਂ ਨੇ। ਹੁਣ ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਦੱਸੋ ਕਿ ਆਖਿਰਕਾਰ ਗਲਤੀ ਕਿਸ ਦੀ ਸੀ, ਕਿ ਇਸ ਔਰਤ ਨੂੰ ਆਲਾ ਦੁਆਲਾ ਦੇਖਣ ਤੋਂ ਬਾਅਦ ਹੀ ਸੜਕ ਪਾਰ ਕਰਨੀ ਚਾਹੀਦੀ ਸੀ, ਜਾਂ ਦੂਜੇ ਪਾਸੇ ਉਹ ਕਾਰ ਸਵਾਰ ਜਿਸ ਨੇ ਆਪਣੀ ਕਾਰ ਹੌਲੀ ਨਹੀਂ ਕੀਤੀ, ਸਪੀਡ ਬ੍ਰੇਕਰਾਂ 'ਤੇ ਵੀ ਬੇਕਾਬੂ ਕਾਰ ਇਸ ਮਹਿਲਾ ਦੇ ਵਿੱਚ ਲਿਆ ਕੇ ਮਾਰੀ ਅਤੇ ਭਿਆਨਕ ਸੜਕੀ ਹਾਦਸਾ ਹੋਇਆ। ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ।